ਕਦੇ ਕਦੇ ਸਾਡੀ ਜ਼ਿੰਦਗੀ ਵਿੱਚ ਸਾਡੇ ਪ੍ਰਤੀ ਚਾਲਾਂ ਖੇਡੀਆਂ ਜਾਂਦੀਆਂ ਨੇ। ਕਿਤੇ ਨਾ ਕਿਤੇ ਸਾਡੇ ਜ਼ਿਹਨ 'ਚ ਇਹ ਸਵਾਲ ਜ਼ਰੂਰ ਆਉਂਦਾ ਆ, ਕਾਸ਼ ਆਪਾਂ ਵੀ ਚਲਾਕ ਹੁੰਦੇ, ਇਹ ਦਿਨ ਸਾਨੂੰ ਵੇਖਣਾ ਨਾ ਪੈਣਾ ਸੀ। ਇਸੇ ਪੱਖ 'ਤੇ ਮੈਂ ਆਪਣੇ ਵੀਰ ਅਤੇ ਭੈਣਾਂ ਲਈ 4 ਕਲੈਨਾਂ ਲਿਖੀਆਂ ਨੇ, ਗੌਰ ਫਰਮਾਇਓ ਜੀ। ਉਂਗਲ ਹਵਾ ਵਿੱਚ ਫੇਰ ਕੇ ਉਹਨੂੰ ਅੱਖਰ ਨਹੀਂ ਉਹ ਕਹੀਦਾ, ਬਿਨਾਂ ਪਰਖਿਓ ਡਿਸੀਜ਼ਨ ਨਹੀਂ ਉਹ ਲਈਦਾ। ਇਹਨਾਂ ਨੂੰ ਨਹੀਂ ਲੋੜ ਤੇਰੇ ਵਜ਼ੀਰ ਤੇ ਪਿਆਦਿਆਂ ਦੀ, ਇਹ ਤਾਂ ਚੈੱਕਮੇਟ ਕਰਕੇ ਹੀ ਰਾੜੇ ਆਉਂਦੇ ਆ। ਹੋਏ ਤਾਂ ਆਪਾਂ ਹੀ ਨੇ ਭੋਲੇ ਜਿਹੇ ਲੋਕ ਮਿੱਠੇ ਆ, ਹੋਰ ਤਾਂ ਜੀ ਅੱਖਾਂ ਪੜ ਹੁੰਨੇ ਆ। ਫੇਰ 4-5 ਨਾਲ ਲੈ ਕੇ ਅਕਾਊਂਟ ਇਹ ਚਲਾਈ ਜਾਂਦੇ ਆ, ਆਪਾਂ ਤਾਂ ਇੱਕੋ ਟੁੱਟੀ ਨੂੰ ਕੱਢੀ ਜਾਂਦੇ ਰੋਣੇ ਆ। ਹੁਣ ਉਹ ਕਿਹੜਾ ਸੁਖੀ ਜਿਹੜੇ ਪ੍ਰੋਪਰਟੀ ਵੰਡ ਅੱਡ ਰਹਿੰਦੇ ਆ, ਆਪਾਂ ਤਾਂ ਲੋਹੜੀ ਵੀ ਇੱਕੋ ਛੱਤ ਮਨਾਉਂਦੇ ਆ। ਗਲਤੀ ਦੇ ਪਾਤਰ ਬਣ ਕੇ ਹੁਣ ਚੰਗੀ ਚੀਜ਼ ਪਰਖਣ ਲੱਗੇ ਆ, ਗੁਸਤਾਖੀ ਦੀ ਸਜ਼ਾ ਨਿੱਤ ਨਿੱਤ ਹੰਢਾਈ ਦੀ, ਆਪਾਂ ਕਿਹੜਾ ਜ਼ਿੰਦਗੀ ਦੇ ਜਵਾਈ ਜਾਂ ਪਰਾਉਣੇ ਆ। ਹੋਏ ਤਾਂ ਆਪਾਂ ਹੀ ਨੇ ਭੋਲੇ ਜਿਹੇ ਲੋਕ ਮਿੱਠੇ ਆ, ਹੋਰ ਤਾਂ ਜੀ ਅੱਖਾਂ ਪੜ ਹੁੰਨੇ ਆ। ਸਿੱਖ ਲਈ ਚਲਾਕੀਆਂ ਦੇ ਗੁਣ ਸਾਹਿਲ ਵੇ, ਹੋਰ ਕਿਹੜਾ ਤੂੰ ਇਹ ਗੀਤ ਸਤਸੰਗ ਤੇ ਲਾ ਟੇਪ ਸੁਣਾਉਣੇ ਆ। ਹੋਏ ਤਾਂ ਆਪਾਂ ਹੀ ਨੇ ਭੋਲੇ ਜਿਹੇ ਲੋਕ ਮਿੱਠੇ ਆ, ਹੋਰ ਤਾਂ ਜੀ ਅੱਖਾਂ ਪੜ ਹੁੰਨੇ ਆ, ਹੋਰ ਤਾਂ ਜੀ ਅੱਖਾਂ ਪੜ ਹੁੰਨੇ ਆ।